2024 ਦੀਆਂ ਲੋਕ ਸਭਾ ਚੋਣਾਂ ਤੋਂ ਠੀਕ ਪਹਿਲਾਂ ਯੂਨੀਫਾਰਮ ਸਿਵਲ ਕੋਡ ਦੀ ਨੇਰੀ ਵਗਣ ਲੱਗ ਗਈ ਹੈ। ਪੂਰੇ ਦੇਸ਼ ਦੇ ਵਿੱਚ ਹੁਣ ਇਹ ਹੜਕੰਪ ਮੱਚਿਆ ਪਿਆ ਹੈ ਕਿ ਹੁਣ UCC ਜਿਹੜਾ ਕਿ ਹੁਣ ਆਉਣ ਵਾਲੀ 3 ਤਰੀਕ ਨੂੰ 3 ਜੁਲਾਈ ਨੂੰ ਜਿਸ ਦੀ ਮੀਟਿੰਗ ਰੱਖੀ ਗਈ ਹੈ ਉਸ ਦੇ ਵਿੱਚ ਹੁਣ ਇਹ ਲਾਗੂ ਕਰ ਦਿੱਤਾ ਜਾਵੇਗਾ ਜਾਂ ਫਿਰ ਇਸ ਨੂੰ ਰੱਦ ਕਰ ਦਿੱਤਾ ਜਾਵੇਗਾ। ਭਾਰਤ ਵਿਭਿੰਨਤਾ ਦਾ ਦੇਸ਼ ਹੈ, ਜ਼ਰੂਰ ਇਸ ਦੇ ਵਿੱਚ ਜਿਹੜੇ ਲੋਕ ਰਹਿੰਦੇ ਨੇ ਵੱਖ ਵੱਖ ਧਰਮਾਂ ਦੇ ਨਾਲ ਤਾਲੁਕ ਰੱਖਦੇ ਨੇ ਔਰ ਧਾਰਮਿਕ ਪੱਧਰ 'ਤੇ ਬੜੇ ਵੱਖਰੇਵੇਂ ਵੀ ਦੇਖੇ ਜਾਂਦੇ ਰਹੇ ਨੇ। ਹਾਲਾਂਕਿ ਇਸ ਮਾਮਲੇ ਨੂੰ ਲੈ ਕੇ ਯੂਨੀਫਾਰਮ ਸਿਵਲ ਕੋਡ ਜਿਹੜਾ ਹੈ ਉਸ ਨੂੰ ਪੋਲਰਾਈਜੇਸ਼ਨ ਬਣਾ ਕੇ ਪੇਸ਼ ਕੀਤਾ ਜਾ ਰਿਹਾ, ਪਰ ਇਸ ਦੀ ਅਸਲੀਅਤ ਕੀ ਹੈ, ਪੰਜਾਬ ਅੰਦਰ ਇਸ ਦੀ ਅਸਲੀਅਤ ਕੀ ਹੈ? ਕਿਉਂਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦਾ ਇੱਕ ਐਸਾ ਬਿਆਨ ਸਾਹਮਣੇ ਆਉਂਦਾ ਹੈ ਜਿਸ ਤੋਂ ਬਾਅਦ ਵੱਖ ਵੱਖ ਪੰਥਕ ਆਗੂ ਆਪੋ ਆਪਣੇ ਬਿਆਨ ਸਾਹਮਣੇ ਰੱਖਣ ਲੱਗ ਜਾਂਦੇ ਨੇ। ਧਾਮੀ ਸਾਹਿਬ ਕਹਿੰਦੇ ਨੇ ਕਿ ਕਿਸੇ ਤਰ੍ਹਾਂ ਦਾ ਕੋਡ ਸਿੰਘਾਂ 'ਤੇ ਲਾਗੂ ਨਹੀਂ ਹੁੰਦਾ। ਸਭ ਤੋਂ ਪਹਿਲਾ ਬਿਆਨ ਹਰਜਿੰਦਰ ਸਿੰਘ ਧਾਮੀ ਦਾ ਇਹ ਸਾਹਮਣੇ ਆਉਂਦਾ ਔਰ ਉਸ ਤੋਂ ਬਾਅਦ ਹੌਲੀ ਹੌਲੀ ਇਹ ਲੜੀ ਅੱਗੇ ਵੱਧਦੀ ਹੈ। ਉਸ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਆਉਂਦੇ ਨੇ, ਉਸ ਦੇ ਵਿੱਚ ਦਲਜੀਤ ਚੀਮਾ ਦਾ ਅੱਜ ਬਿਆਨ ਸਾਹਮਣੇ ਆਇਆ। ਪਰ ਇਸ ਮਾਮਲੇ ਨੂੰ ਲੈ ਕੇ ਪੰਜਾਬ ਪੱਧਰ 'ਤੇ ਅਤੇ ਖਾਸ ਕਰਕੇ ਸਿੱਖੀ ਦੇ ਪੱਧਰ ਦੇ ਉੱਤੇ ਕਿਸ ਤਰ੍ਹਾਂ ਦੀ ਹਿਲਚਲ ਦੇਖਣ ਨੂੰ ਮਿਲ ਸਕਦੀ ਹੈ, ਜਾਣਨ ਦੀ ਕੋਸ਼ਿਸ਼ ਕਰਦੇ ਹਾਂ। ਸਾਡੇ ਨਾਲ ਸੀਨੀਅਰ ਪੱਤਰਕਾਰ ਅਤੇ ਲੇਖਕ ਦੇਸਰਾਜ ਕਾਲੀ ਜੀ ਮੌਜੂਦ ਨੇ, ਉਹਨਾਂ ਤੋਂ ਜਾਣਨ ਦੀ ਕੋਸ਼ਿਸ਼ ਕਰਦੇ ਹਾਂ। ਸਰ, ਬਹੁਤ ਸਵਾਗਤ ਹੈ। ਮਿਹਰਬਾਨੀ ਸਾਹਿਬ, ਥੈਂਕ ਯੂ ਵੈਰੀ ਮੱਚ। ਇਹ UCC ਦੀ ਜਿਹੜੀ ਹਨੇਰੀ ਚੱਲਣ ਲੱਗ ਗਈ 2024 ਦੀਆਂ ਚੋਣਾਂ ਤੋਂ ਪਹਿਲਾਂ, ਕੀ ਕਿਸ ਤਰ੍ਹਾਂ ਦੇਖਦੇ ਹੋ ਇਹਨੂੰ, ਕੀ ਤੁਹਾਨੂੰ ਲੱਗਦਾ ਆ? ਦੇਖੋ, ਸਾਂਝੇ ਸਿਵਲ ਕੋਡ ਦੀ ਜਿਹੜੀ ਗੱਲ ਹੈ, ਪ੍ਰਧਾਨ ਮੰਤਰੀ ਨੇ ਕੁਝ ਦਿਨ ਪਹਿਲਾਂ ਹੀ ਕਿਹਾ ਆ ਕਿ ਅਸੀਂ ਇਹ ਲਾਗੂ ਕਰਾਂਗੇ। ਰਾਜਨਾਥ ਸਿੰਘ ਹੋਰਾਂ ਨੇ ਜ਼ੋਰ ਪਾ ਦਿੱਤੀ, ਰੱਖਿਆ ਮੰਤਰੀ ਨੇ ਆਪਣੇ, ਉਹਨਾਂ ਨੇ ਠੋਕ ਵਜਾ ਕੇ ਕਹਿ ਦਿੱਤਾ। ਦੇਖੋ, ਚਰੋਕਣੇ 2-3 ਨਿਸ਼ਾਨੇ ਸੀਗੇ ਇਹ ਮੋਦੀ ਸਰਕਾਰ ਦੇ। ਪਹਿਲਾਂ ਚਲੋ ਘੱਟ ਗਿਣਤੀ 'ਚ ਸੀਗੇ ਤਾਂ ਨੈਸ਼ਨਲ ਡੈਮੋਕ੍ਰੈਟਿਕ ਅਲਾਇੰਸ ਦੇ ਤਹਿਤ ਦੂਜੀਆਂ ਪਾਰਟੀਆਂ ਦਾ ਦਬਾਅ ਮੰਨਿਆ ਜਾਂਦਾ ਸੀਗਾ। 19 ਤੋਂ ਬਾਅਦ ਮੈਜੋਰਿਟੀ 'ਚ ਨੇ, NDA ਖੇਰੂ ਖੇਰੂ ਹੋ ਗਿਆ, ਲੱਭਦਾ ਹੀ ਨਹੀਂ ਕਿਸੇ ਪਾਰਟੀ ਨੂੰ, ਇਹਨਾਂ ਨੇ ਪੁੱਛਣਾ ਨਹੀਂ, ਨਾ ਕੋਈ ਲੋੜ ਆ, ਨਾ ਕੋਈ ਲੈਣਾ, ਨਾ ਕੋਈ ਦੇਣਾ, ਕਿਉਂਕਿ ਬਹੁ ਗਿਣਤੀ ਬਹੁਮਤ ਹਾਸਲ ਹੈ। ਤਾਂ 2-3 ਨਿਸ਼ਾਨੇ ਵੱਡੇ ਨਿਸ਼ਾਨੇ ਸੀਗੇ ਜਿਹਦੇ ਨਾਲ ਪੋਲਰਾਈਜੇਸ਼ਨ ਦੀ ਸਿਆਸਤ ਜਿਹੜਾ ਹੈ ਉਹ ਮੋਦੀ ਅਮਿਤ ਸ਼ਾਹ ਖੇਡਣਾ ਚਾਹੁੰਦੇ ਸੀਗੇ। ਸਭ ਤੋਂ ਵੱਡਾ ਸੀ ਧਾਰਾ 370 ਦਾ ਮਾਮਲਾ, ਜੰਮੂ ਕਸ਼ਮੀਰ ਵਾਲਾ ਮਾਮਲਾ। ਉਹਨਾਂ ਨੇ ਉਹ ਧਾਰਾ ਤੋੜ ਦਿੱਤੀ, ਚਰੋਕਣਾ ਉਠਦਾ ਬੱਲ ਲਟਕਦਾ ਆ ਰਿਹਾ ਸੀਗਾ। ਉਹਨਾਂ ਨੇ ਆ ਦੇਖਿਆ ਨਾ ਤਾਂ ਪੂਰਾ ਆਪਣਾ ਕੰਟਰੋਲ ਕਰਕੇ, ਮਿਲਟਰੀ ਕੰਟਰੋਲ ਕਰਕੇ ਸਾਰਾ ਜਲਬਾ ਬਖੇਰਦਿਆਂ, ਉਹਨਾਂ ਦੇ ਕਿਸੇ ਹਿਊਮਨ ਰਾਈਟ ਦੀ ਵਾਇਲੇਸ਼ਨ ਹੋ ਰਹੀ ਆ ਇਹ ਨਹੀਂ ਦੇਖਿਆ, ਉਹਨਾਂ ਦਾ ਦਮ ਘੁੱਟ ਰਿਹਾ ਇਹ ਨਹੀਂ ਦੇਖਿਆ, ਉਹਨਾਂ ਨਾਲ ਇੰਟਰਨੈੱਟ ਦੀਆਂ ਸੇਵਾਵਾਂ ਹੁਣ ਤੱਕ ਬਹਾਲ ਨਹੀਂ ਹੋਈਆਂ, ਹੁਣ ਤੱਕ ਜੰਮੂ ਕਸ਼ਮੀਰ ਸੰਭਲ ਨਹੀਂ ਰਿਹਾ ਉਹਨਾਂ ਦੇ ਕੋਲੋਂ। ਪਰ ਇਹਦੇ ਬਾਵਜੂਦ ਉਹਨਾਂ ਨੇ ਧਾਰਾ 370 ਤੋੜੀ ਅਤੇ ਇਹ ਦੱਸਿਆ ਕਿ ਮੋਦੀ ਹੈ ਤਾਂ ਮੁਮਕਿਨ ਹੈ, ਠੀਕ ਹੈ ਨਾ। ਸੈਕਿੰਡ ਉਹਦਾ ਸੀਗਾ ਰਾਮ ਮੰਦਿਰ ਬਣਾਉਣਾ, ਬਾਏ ਆਲ ਮੀਨਸ ਮਤਲਬ ਸਾਮ ਦਾਮ ਦੰਡ ਭੇਦ ਜੋ ਵੀ ਕਰਨਾ ਪਵੇ ਉਹ ਕਰਨਾ ਹੀ ਕਰਨਾ ਹੈ। ਔਰ ਉਹਨਾਂ ਨੇ ਉਹ ਕਰਕੇ ਦਿਖਾ ਦਿੱਤਾ ਕਿ ਆਹ ਦੇਖੋ ਅਸੀਂ ਉਹ ਕਾਨੂੰਨ ਲੜਾਈ ਲੜੀ ਉਹਨਾਂ ਨੇ, ਜਾਂ ਕੀ ਕੀਤਾ ਕੀ ਨਹੀਂ ਕੀਤਾ, ਕਿਸ ਤਰੀਕੇ ਉਹਨਾਂ ਨੇ ਉਹ ਸਾਰਾ ਦਬਾਅ ਬਣਾਇਆ, ਪ੍ਰੈਸ਼ਰ ਬਣਾਇਆ, ਫਿਰ ਉਹ ਜੋ ਵੀ ਹੈ ਉਹ ਵੀ ਸਾਰੀ ਪੋਲਰਾਈਜੇਸ਼ਨ, ਹਿੰਦੂ ਰਾਸ਼ਟਰੀਕਰਨ। ਤੀਸਰਾ ਸੀਗਾ ਉਹਨਾਂ ਦਾ UCC ਲਾਗੂ ਕਰਵਾਉਣਾ, ਉਹ ਉਹਨਾਂ ਨੇ ਐਲਾਨ ਕਰ ਦਿੱਤਾ ਹੈ ਉਹਨਾਂ ਨੇ ਲਾਗੂ ਕਰ ਦੇਣਾ, ਕਿਉਂਕਿ ਉਹ ਤਾਂ ਆਈ ਤਾਂ ਆ ਗਿਆ ਤਾਂ ਬਸ ਕਹਿਤਾ ਤਾਂ ਹੋ ਗਿਆ। ਇਹ ਹੈ ਉਹਨਾਂ ਦਾ, ਇਹ ਉਹਨਾਂ ਦਾ ਮੇਜਰ ਏਜੰਡਾ ਸੀ। ਇਹਦੇ ਨਾਲ ਵੀ ਪੋਲਰਾਈਜੇਸ਼ਨ ਹੋਏਗੀ। ਉਹਨਾਂ ਦਾ ਨਿਸ਼ਾਨਾ ਸਾਫ ਸਾਫ ਹੈ, ਇੱਕ ਰਾਸ਼ਟਰ, ਇੱਕ ਭਾਸ਼ਾ, ਇੱਕ ਰਿਲੀਜਨ, ਇੱਕ ਕਲਚਰ। ਯਾਰ, ਇੰਡੀਆ ਫੈਡਰਲ ਗੌਰਮੈਂਟ ਹੈ ਸਾਡੇ, ਸਾਡਾ ਫੈਡਰਲ ਢਾਂਚਾ ਆ, ਸਾਡੇ ਭਾਂਤ ਭਾਂਤ ਦੀਆਂ ਬੋਲੀਆਂ ਨੇ, ਸਾਡੇ ਭਾਂਤ ਭਾਂਤ ਦੀਆਂ ਕੌਮੀਅਤਾਂ ਨੇ, ਭਾਂਤ ਭਾਂਤ ਦੀਆਂ ਸਾਡੀਆਂ ਕਲਚਰਲ ਆਈਡੈਂਟੀਟੀਜ਼ ਨੇ, ਸਾਡੀਆਂ ਧਾਰਮਿਕ ਪਹਿਚਾਣਾਂ ਨੇ। ਤੁਸੀਂ ਸਾਂਝਾ ਜਿਹੜਾ ਸਿਵਲ ਕੋਡ ਕਿਵੇਂ ਲਾਗੂ ਕਰ ਦੋਗੇ? ਪਰ ਉਹ ਤਾਂ ਹਮ ਕਹਾਂ ਖੁਦਾ, ਉਹ ਲਾਗੂ ਕਰ ਦੋਗੇ ਤਾਂ ਕਰ ਦੇਣਗੇ। ਦੇਖੋ, ਨੰਬਰ 2 'ਤੇ ਸਾਨੂੰ ਕੌਂਸਟੀਟਿਊਸ਼ਨਲੀ ਇਹ ਬਹੁਤ ਗੱਲ ਕਲੀਅਰ ਹੋ ਜਾਣੀ ਚਾਹੀਦੀ ਆ ਕਿ ਭਾਈ UCC ਜਿਹੜੀ ਧਾਰਾ ਸੰਵਿਧਾਨ ਦੀ 44 ਹੈ ਉਹਦੇ ਤਹਿਤ ਇਹ ਰਾਜ ਦੇ
दिशा निर्देशों की सूची च आता है, सिविल राइट च नहीं आता है। यह समझ गल ना तुसी? सो हर हर धर्म दियां अपनियां मनौतां ने, हर घट गिणती दियां अपनियां मनौतां ने, हर ट्राइबल दियां अपनियां धारनावां ने, मनौतां ने, रिचुअल्स ने। मतलब तुसी सारिआं नूं इक रस्से किवें बांधदे होगे? ओह कहिंदे जी पूरा जिहड़ा जिहड़ा ना बाग है फुल्लां दा, इह भगवें ही फुल उगण सारे पासे। ऐ थोड़ी हुंदा यार, बाग दे विच तां भांत सुभांत दे कितने येलो, कितने भगवे भी होंगे आ, है ना, कितने रैड, कितने ग्रीन, कितने कोई कितने वाइट, ए सारे भांत भांत दे फुल्लां दा भारत है। सैकंड जिहड़ी गल तुसी हरजिंदर सिंह धामी होरां नाल कीती, वह बिल्कुल दुरुस्त कह रहे ने। उहदे नाल की है कि सिखा सिख भाईचारे ये भी घट गिणती चाहते ने, इन्हां दी अपनियां मनौतां ने। तां हुणी गुरद्वारा एक्ट दे उत्ते नहीं पेचा पिया होया सरकार दे नाल, पंजाब गवर्नमेंट दे नाल, ठीक है ना। सो उन्हां नूं जिहड़ा खदशा है कि साडियां पहचानां दा खदशा, साडे साडी फिलासफिकल पहुँच दा खदशा, साडी कल्चरल पहुँच दा खदशा, ईवन आनंद मैरिज एक्ट ते भारू पएगा इह, इह तां फिर होर बहुत अहम मसला हो जांदा है, है ना। सो हरजिंदर सिंह धामी होरां दा इस तरीके का कोई आना या कहना SGPC का इनवॉल्वमेंट की यह नहीं होना चाहिए, ये बिल्कुल नहीं होना चाहिए। जड़ा है वो गल समझ लग जाती है सानू। सो पंजाब वास्ते, सिख धर्म वास्ते, सिखा वास्ते बहुत बड़ा एक चैलेंज होएगा, और उदे तानू अपने पक्के पैरी स्टैंड लेना ही पवेगा स्टैंड। पर जिद ने वो लोग, मतलब 370 तोड़न का मतलब सी कि तुसी कॉन्स्टिट्यूशन नूं नहीं मानते। वो कहिंदे हाँ ठीक है, असी जो करना करता। मंदिर वाला मामला भी, भाषा वाला, भाषा वाले मामले तो संकट पैदा हो गया ना इन्हां दा, क्योंकि जिहड़े ईवन गुजरातीए भी मनन नूं तैयार नहीं कि असी हिंदी लागू करनी आ। साउथ दीआं तां गल्लां ही होर ने, है ना। उहदे उत्ते बुरी तरह नाल मोदी सरकार फेल हो गई। पंजाबी कितों मनणगे कि हिंदी स्वीकार करनगे? गुजराती कितों मनणगे? मराठी कितों मनणगे? ठीक है ना। सो वो हिंदी बेल्ट दे विच भी जिहड़ियां भाषा मातृ भाषावां ने, उन्हां प्रति लोकां दी जिहड़ी पहुँच है वह बड़ी भावुक पहुँच है, वह होनी भी चाहीदी है, होनी भी चाहीदी है। सो उत्थे इह मार खा गया। हुण हुण की CAA की सी, यानी घट गिणती नूं टॉर्चर करनी है। आ हुण अमेरिका तो होके आए ने, तो उत्थे सवाल हो गया भाई मुस्लिम घट गिणतियां दे उत्ते अत्याचार दा, की सवाल दा जवाब दिओ। ते ट्रोल करना शुरू करता, पत्रकार नूं ट्रोल करना शुरू करता, साबका राष्ट्रपति बराक ओबामा हुसैन लिखना शुरू कर दिता। समझे ना गल? ये पोलराइजेशन की राजनीति खेडदे ने, घट गिणती और ट्राइबल्स नूं दलित्स नूं डरा के रखण दी सियासत जिहड़ी आ उह खेडदे ने। उहदे विचों ही UCC जिहड़ा आ उह आउंदा आ। अच्छा कल साहब, एक हैरत की गल है कि जिते इन्ने सारे सियासी पार्टियां ने वो विरोध कर रही ने, पार्टियां वालों पंथक धरां वालों कहा जा रहा कि गलत है, पर उत्थे आम आदमी पार्टी कह दिंदी है कि ये तो लागू होना चाहिए। आर्टिकल 44 कहता कि ये देश दे विच होना बहुत जरूरी है। देखो उन्होंने दे संदीप पाठक होर दे बयान ने, यह उन्होंने फेसबुक के उत्ते भी पिया होया है सारे का सारा। उन्होंने समर्थन जोड़ा है वह दे दिता है, इस UCC नूं आम आदमी पार्टी ने समर्थन दे दिता है। ये उत्ते तुसी अज बुलारे ने, वह स्पोक्समैन ने अकाली दल दे, श्रोमणी अकाली दल दे डॉक्टर दलजीत सिंह चीमा होरी, तुसी उन्हां दा बहुत स्पष्ट जिहा जवाब आम आदमी पार्टी नूं, खास करके उन्होंने मुख्यमंत्री पंजाब नूं कहा है कि भाई थोड़े पार्टी का स्टैंड तो हो गया, पर तुसी अपना स्टैंड भी स्पष्ट करो, क्योंकि ये तो सिखां दे उत्ते भारी पैण वाली गल है, कि ये तो आनंद मैरिज एक्ट के उत्ते भारी पैण वाली गल है। तुसी सिखां दे मामलियां दे विच कित्थे स्टैंड करदे हो? UCC दे पक्ष चो सहमत हो लागू होना चाहिए, जां फिर जे ये सिखां ते घट गिणतियां दे उत्ते भारू पैंदा है, उन्हां दे कल्चरल सभ्याचारक जिहड़ा उन्हां दा रहन बहन है, मनौतां ने, धारनावां ने,
ਉਹਨਾਂ ਤੇ ਭਾਰੂ ਪੈਂਦਾ ਤਾਂ ਤੁਹਾਨੂੰ ਪੰਜਾਬੀਆਂ ਨੂੰ ਸਿੱਖਾਂ ਨੂੰ ਸਾਫ ਸਪਸ਼ਟ ਚਾਨਣ ਵਰਗਾ ਜਵਾਬ ਦੇਣਾ ਚਾਹੀਦਾ ਆ ਕਿ ਤੁਸੀਂ ਇਹਦੇ ਵਿਰੋਧ 'ਚੋ ਜਾਂ ਇਹਦੇ ਪੱਖ 'ਚੋ। ਸੋ ਇਹ ਰੇੜਕਾ ਤਾਂ ਪੈਣਾ ਹੀ ਪੈਣਾ, ਇਹ ਰੇੜਕਾ ਮਸਲਾ ਪੈਣਾ ਹੀ ਪੈਣਾ, ਕਿਉਂਕਿ ਆਮ ਆਦਮੀ ਪਾਰਟੀ ਦਾ ਜਿਹੜਾ ਸਟੈਂਡ ਸੈਂਟਰ ਨਾਲ ਕਿੱਥੇ ਆਰਡੀਨੈਂਸ ਨੂੰ ਲੈ ਕੇ ਪੂਰਾ ਪੇਚਾ ਪਿਆ ਹੋਇਆ, ਐਲ ਜੀ ਨੂੰ ਲੈ ਕੇ ਫਿਰ ਸਿਆਪਾ ਐਲ ਜੀ ਨੇ ਖੜ੍ਹੇ ਕੀਤੇ ਹੋਏ ਆ, ਅਰਵਿੰਦ ਕੇਜਰੀਵਾਲ ਨੂੰ ਘੇਰਿਆ ਹੋਇਆ ਐਲ ਜੀ ਨੇ, ਫਿਰ ਦੁਬਾਰਾ ਉੱਧਰੋਂ ਆਰਡੀਨੈਂਸ ਆਇਆ ਹੋਇਆ, ਉੱਧਰੋਂ ਇਹ ਆਉਂਦਾ ਅਤੇ ਆਮ ਆਦਮੀ ਪਾਰਟੀ ਜਿਹੜੀ ਇਹਦੇ ਸਮਰਥਨ 'ਚ ਆ ਜਾਂਦੀ ਹੈ। ਸੋ ਇਹ ਸਵਾਲ ਜਿਹੜੇ ਆ ਨਾ, ਇਹ ਤਾਂ ਗੂੰਜਣਗੇ, ਰਿੜਕ ਹੋਣਗੇ, ਪਰ ਇਹਦੇ 'ਤੇ ਮੋਦੀ ਸਰਕਾਰ ਦਾ ਕੀ ਸਟੈਂਡ ਬਣਦਾ ਆ ਉਹ ਫਿਰ ਦੇਖਣ ਵਾਲੀ ਗੱਲ ਹੋਏਗੀ। ਅੱਛਾ, ਅੰਤ ਦੇ ਵਿੱਚ ਜੇ ਅਸੀਂ ਇਸ ਨੂੰ ਇੱਕ ਕੰਕਲੂਜਨ ਦੇਣਾ ਹੋਵੇ ਇਸ ਦਾ, ਇੱਕ ਪਾਸੇ ਤਾਂ ਹੁਣ 3 ਜੁਲਾਈ ਦੀ ਤਰੀਕ ਮਿੱਥੀ ਹੋਈ ਹੈ ਕਿ ਉਸ ਦਿਨ ਮੀਟਿੰਗ ਕੀਤੀ ਜਾਵੇਗੀ, 31 ਮੈਂਬਰ ਇਕੱਠੇ ਹੋਣਗੇ, ਮੀਟਿੰਗ ਕਰਨਗੇ, ਉਹ 'ਚ ਸੰਸਦ ਮੈਂਬਰ ਵੀ ਸ਼ਾਮਿਲ ਹੋਣਗੇ ਅਤੇ ਬਾਕੀ ਮੈਂਬਰ ਵੀ ਹੋਣਗੇ। ਖੈਰ, ਉਹਨੂੰ ਇੱਕ ਪਾਸੇ ਰੱਖੀਏ, ਪਰ ਕੀ ਪੰਜਾਬ ਦੇ, ਜੇ ਆਪਾਂ ਪੰਜਾਬ ਦਾ ਹੀ ਦੇਖੀਏ, ਅਤੇ ਕੀ ਪੰਜਾਬ ਦੇ ਹਾਲਾਤਾਂ ਦੇ ਵਿੱਚ ਕਿਸੇ ਤੌਰ ਦਾ ਇਸਦਾ ਇਫੈਕਟ ਪੈ ਸਕਦਾ, ਕਿਸ ਤਰ੍ਹਾਂ ਦਾ ਇਫੈਕਟ ਪੈ ਸਕਦਾ, ਜਿਵੇਂ ਕਿ ਹਰਜਿੰਦਰ ਸਿੰਘ ਧਾਮੀ ਦਾ ਬਿਆਨ ਆਉਂਦਾ ਹੈ, ਬਾਕੀ ਆਗੂਆਂ ਦਾ ਬਿਆਨ ਆਉਂਦਾ, ਤੁਹਾਨੂੰ ਕੀ ਲੱਗਦਾ ਕਿ ਆਉਣ ਵਾਲੇ ਸਮੇਂ 'ਚ ਜੇ UCC ਲਾਗੂ ਹੋ ਜਾਂਦਾ ਕਿਸ ਤਰ੍ਹਾਂ ਦੇ ਹਾਲਾਤ ਬਣ ਸਕਦੇ ਨੇ? ਨਹੀਂ, ਨੈਚੁਰਲੀ ਫਿਰ ਦੇਖੋ ਉਹਨਾਂ ਦੀ ਪੋਲਰਾਈਜੇਸ਼ਨ ਦੀ ਜਿਹੜੀ ਪੋਲਿਟਿਕਸ ਆ ਨਾ ਮੋਦੀ ਹੋਰਾਂ ਦੀ, ਉਹ ਕਾਮਯਾਬ ਹੁੰਦੇ ਨੇ ਉਹਦੇ ਵਿੱਚ, ਉਹ ਤਾਂ ਹਰ ਹੀਲੇ ਪੋਲਰਾਈਜ਼ ਕਰਦੇ ਨੇ, ਹਰ ਹੀਲੇ ਉਹਨਾਂ ਨੇ ਹਿੰਦੂਆਂ ਨੂੰ ਉਹਨਾਂ ਦੇ ਮਨਾਂ ਦੇ ਵਿੱਚ ਕੁਛ ਨਾ ਕੁਛ ਸਿੱਟੀ ਜਾਣਾ, ਸਿੱਟੀ ਤੁਰੇ ਜਾਣਾ, ਸਿੱਟੀ ਤੁਰੇ ਜਾਣਾ। ਜਦੋਂ ਉਹ ਪੰਜਾਬੀਆਂ ਨੂੰ ਇੱਕ ਅੱਤਵਾਦੀ ਜਿਹਾ ਘੋਸ਼ਿਤ ਕਰਦੇ ਨੇ, ਇਹੋ ਜਿਹਾ ਨਰੇਟਿਵ ਘੜਦੇ ਨੇ, ਇਹੋ ਜਿਹਾ ਵਰਤਾਂਤ ਘੜਿਆ ਜਾਂਦਾ। ਆਪਾਂ ਦੇਖਿਆ ਕਿਸਾਨੀ ਬਾਰੀ ਕਿੱਦਾਂ ਦੇ ਵਰਤਾਂਤ ਘੜੇ, ਕਿਹੋ ਕਹੇ ਲਕਬ ਦੇ ਤੇ ਇਹਨਾਂ ਨੂੰ, ਇਹ ਖਾਲਿਸਤਾਨੀ ਨੇ, ਇਹ ਅੱਤਵਾਦੀ ਨੇ, ਇਹ ਵੱਖਵਾਦੀ ਨੇ, ਇਹ ਅਰਬਨ ਨਕਸਲ ਨੇ, ਇਹ ਪਤਾ ਨਹੀਂ ਕੀ ਕੀ ਉਹਨਾਂ ਨੂੰ ਕਿਹਾ ਗਿਆ। ਸੋ ਉਹ ਵਰਤਾਂਤ ਆਲੇ ਦੁਆਲੇ ਉਹਨਾਂ ਨੇ ਘੜਨੇ ਘੜਨੇ ਆ, ਜਿਹਦੇ ਨਾਲ ਪੋਲਰਾਈਜੇਸ਼ਨ ਹੋਏਗੀ। ਅਤੇ ਜਦੋਂ ਅਸੀਂ ਸਿੱਖ ਘੱਟ ਗਿਣਤੀ ਦੀ ਗੱਲ ਕਰਾਂਗੇ ਤਾਂ ਉਹਨਾਂ ਦੇ ਉੱਤੇ ਇਹ ਭਾਰੂ ਪਏਗਾ ਪਏਗਾ, UCC ਭਾਰੂ ਪਏਗਾ ਹੀ ਪਏਗਾ। ਮੈਂ ਤੁਹਾਨੂੰ ਹੁਣੇ ਹਵਾਲਾ ਦਿੱਤਾ ਦਲਜੀਤ ਚੀਮਾ ਦਾ ਕਿ ਆਨੰਦ ਮੈਰਿਜ ਐਕਟ ਦੇ ਉੱਤੇ ਵੀ ਭਾਰੂ ਪਏਗਾ। ਇਹਦਾ ਮਤਲਬ ਜਿਹੜੀਆਂ ਤੁਹਾਡੀਆਂ ਮਨੌਤਾਂ ਨੇ, ਜਿਹੜੇ ਤੁਹਾਡੇ ਸੱਭਿਆਚਾਰਕ ਪਛਾਣਾਂ ਨੇ, ਜਿਹਨਾਂ ਕਰਕੇ ਤੁਸੀਂ ਆਪਣੇ ਆਪ ਨੂੰ ਕੌਮਾਂ ਕਹਿੰਦੇ ਹੈ, ਹੈ ਨਾ, ਉਹ ਤਾਂ ਫਿਰ ਸਾਰੇ ਦਾ ਸਾਰਾ ਪਛਾਣਾ ਹੀ ਖਾ ਜਾਣਗੇ, ਉਹ ਤਾਂ ਭਾਸ਼ਾ ਹੀ ਪਛਾਣਾ ਖਾ ਜਾਣਗੇ। ਉਹ ਤਾਂ ਜਿਹੜੀ ਬਹੁਲਤਾ ਹੈ, ਅਨੇਕਤਾ 'ਚ ਏਕਤਾ ਹੈ ਭਾਰਤ ਦੀ, ਉਹਦੇ ਲਈ ਹੀ ਖਤਰਾ ਆ, ਇਕੱਲੇ ਪੰਜਾਬ ਲਈ ਨਹੀਂ ਖਤਰਾ ਹੈ, ਇਹ ਪੂਰੇ ਭਾਰਤ ਦੇ ਵਿੱਚ। ਭਾਰਤ ਤਾਂ ਐਸਾ ਮੁਲਕ ਹੈ ਜਿੱਥੇ ਇੰਨੇ ਕਲਚਰ ਨੇ, ਇੰਨੀਆਂ ਜ਼ੁਬਾਨਾਂ ਨੇ, ਇੰਨੀਆਂ ਰੇਸਿਸ ਨੇ, ਇੰਨੇ ਲੋਕ ਨੇ, ਹੈ ਨਾ, ਇੰਨੀਆਂ ਪਹੁੰਚਾਂ ਨੇ, ਇੰਨੀਆਂ ਪਛਾਣਾਂ ਨੇ, ਆਈਡੈਂਟੀਟੀਜ਼ ਨੇ ਇੰਨੀਆਂ। ਸੋ ਉਹਨਾਂ ਸਾਰੀਆਂ ਨੂੰ ਖੋਰਾ ਲੱਗੇਗਾ। ਮੈਂ ਫਿਰ ਕਹਿੰਦਾ ਕਿ ਇਹ ਰਾਜ ਦੇ ਦਿਸ਼ਾ ਨਿਰਦੇਸ਼ਾਂ ਦੇ ਸੂਚੀ 'ਚ ਆਉਂਦਾ ਹੈ UCC। ਇਸ ਕਰਕੇ ਸਾਨੂੰ ਸਾਡੀ ਗਵਰਨਮੈਂਟ ਨੂੰ ਪਹਿਲਾਂ ਧਾਰਾ 38, 39, 40, 41 ਵੀ ਪੜ੍ਹ ਲੈਣੀ ਚਾਹੀਦੀ ਹੈ 44 ਦੇ ਆਉਣ ਤੋਂ ਪਹਿਲਾਂ। ਅਤੇ ਬਿਲਕੁਲ, ਇੱਕ ਪਾਸੇ UCC ਦਾ ਹਨੇਰਾ ਝੂਲਦਾ ਪਿਆ, UCC ਦੀ ਹਨੇਰੀ ਝੂਲਦੀ ਪਈ ਹੈ, ਔਰ ਪੂਰੇ ਦੇਸ਼ ਦੇ ਵਿੱਚ ਇਸ ਗੱਲ ਨੂੰ ਲੈ ਕੇ ਵਿਵਾਦ ਬਣਿਆ ਹੋਇਆ। ਸਾਰੀਆਂ ਪਾਰਟੀਆਂ, ਮੋਸਟਲੀ ਸਾਰੀਆਂ ਪਾਰਟੀਆਂ ਵਿਰੋਧ 'ਚ ਖੜ੍ਹਦੀਆਂ ਪਈਆਂ ਨੇ, ਪਰ ਦੂਜੇ ਪਾਸੇ ਇੱਕ ਇਹੋ ਜਿਹੀ ਪਾਰਟੀ ਜਿਹਦਾ ਇੱਕ ਪਾਸੇ ਤਾਂ ਪਹਿਲਾਂ ਹੀ ਕੇਂਦਰ ਦੇ ਨਾਲ ਪੰਗਾ ਪਿਆ ਹੋਇਆ, ਉਹ ਆਮ ਆਦਮੀ ਪਾਰਟੀ ਦੀ ਆਮ ਆਦਮੀ ਪਾਰਟੀ ਜਿਹੜੀ ਹੈ, ਆਮ ਆਦਮੀ ਪਾਰਟੀ ਦੇ ਆਗੂ ਆ ਜਿਹੜੇ, ਉਹ ਹੱਕ 'ਚ ਆ ਕੇ ਖੜ੍ਹ ਗਏ ਨੇ। ਇੱਕ ਪਾਸੇ ਪੰਥ ਨੂੰ ਚਿੰਤਾ ਸਤਾ ਰਹੀ ਹੈ, ਦੂਜੇ ਪਾਸੇ ਪੋਲਰਾਈਜੇਸ਼ਨ ਦੇ ਰੌਲੇ ਪੈਂਦੇ ਨਜ਼ਰ ਆ ਰਹੇ ਨੇ। ਕੀ ਕੁਝ ਹੁੰਦਾ 2024 ਦੀਆਂ ਚੋਣਾਂ ਤੋਂ ਪਹਿਲਾਂ ਉਹ ਵੇਖਣਾ ਹੋਵੇਗਾ, ਔਰ UCC ਕੀ ਲਾਗੂ ਹੁੰਦਾ ਇਸ ਦੀ ਉਡੀਕ ਕੀਤਨ ਕਰਨੀ ਪਵੇਗੀ। ਜੋ ਵੀ ਹੋਏਗਾ ਤੁਹਾਨੂੰ ਦੱਸਦੇ ਰਵਾਂਗੇ, ਬਣੇ ਰਹੋ ਵਨ ਇੰਡੀਆ ਪੰਜਾਬੀ ਤੇ। ਸਬਸਕ੍ਰਾਈਬ ਟੂ ਵਨ ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ।